ਸਾਡਾ ਮਾਮਲਾ ਇਦਾਂ ਸੀਗਾ ਜੀ ਜਿਹੜੇ ਮੈਂ ਮੇਰੀ ਮੋਟਰ ਦੇ ਮੁਤਲਕ ਗੱਲ ਚੱਲ ਰਹੀ ਸੀਗੀ ਕਾਇਲੀ ਦੀ ਜਿਹੜੀ ਦੂਸਰਾ ਲਲਤ ਕੁਮਾਰ ਮਤਲਬ SDO ਸੀਗਾ 2 ਨੰਬਰ ਡਿਵੀਜ਼ਨ 'ਚ ਉਸ ਦੇ ਖਿਲਾਫ ਕੰਪਲੇਂਟ ਕਾਫੀ ਪਾਈਆਂ ਹੋਈਆਂ ਸੀਗੀਆਂ ਜਿਹੜੀਆਂ ਕਿ ਸਾਡੇ ਬਿਜਲੀ ਵਿਭਾਗ ਦੇ ਰਾਣਾ ਗੁਰਜੀਤ ਸਿੰਘ ਜੀ ਆ ਉਹਨਾਂ ਦੇ ਵੀ ਈਮੇਲਾਂ ਦਫ਼ਤਰ ਨੂੰ ਕੀਤੀਆਂ ਸੀ ਇਸ ਲੜੀ ਦੇ ਤਹਿਤ ਹੀ ਜਿਹੜੇ ਇਹਨੇ ਮੀਟਰਾਂ ਦੇ ਵਿੱਚ ਘਪਲੇ ਕੀਤੇ ਹੋਏ ਸੀਗੇ ਮੀਟਰ ਜਾਇਜ਼ ਨਜਾਇਜ਼ ਤਰੀਕੇ ਦੇ ਨਾਲ ਇਹਨੇ ਨਜਾਇਜ਼ ਤਰੀਕੇ ਦੇ ਨਾਲ ਜਿਹੜੇ ਲੋਕਾਂ ਦੇ ਲਾਏ ਹੋਏ ਸੀਗੇ ਉਹਨਾਂ ਮੀਟਰਾਂ ਦੀ ਲੜੀ ਦੇ ਤਹਿਤ ਹੀ ਉਸ ਲੜੀ ਦੇ ਵਿੱਚੋਂ ਇੱਕ ਖਾਨਗਾ ਦਾ ਪਰਮਜੀਤ ਸਿੰਘ ਸੀ ਜਿਹਦਾ ਮੀਟਰ ਲੱਗਾ ਹੋਇਆ ਸੀਗਾ ਇਹਨਾਂ ਨੇ ਲਾਇਆ ਹੋਇਆ ਸੀਗਾ ਇਸੇ ਲਲਿਤ ਕੁਮਾਰ ਨੇ ਤੇ ਉਸ ਨੂੰ ਮੁੜ ਕੇ ਇਹ ਤਕਰੀਬਨ ਉਹ ਬਿੱਲ ਨਹੀਂ ਜਦੋਂ 2 ਸਾਲ ਤੋਂ ਗਿਆ ਉਸ ਬੰਦੇ ਨੇ ਪੈਰਵਾਈ ਕੀਤੀ ਵੀ 2014 ਤੋਂ ਮੇਰਾ ਮੀਟਰ ਲੱਗਾ ਹੋਇਆ ਮੈਨੂੰ ਬਿੱਲ ਨਹੀਂ ਆ ਰਿਹਾ ਇਹਨਾਂ ਜੋ ਵੀ ਸੀਗਾ ਉਹ ਮੀਟਰ ਮੁੜ ਕੇ ਉਤਾਰ ਕੇ ਲਿਆ ਕੇ ਤੇ ਮਤਲਬ ਇੱਥੇ ਜਮ੍ਹਾਂ ਕਰ ਲਿਆ ਉਹਦਾ ਦੁਬਾਰਾ ਮੀਟਰ ਨਹੀਂ ਲਾਇਆ ਉਸ ਬੰਦੇ ਨੂੰ ਇਹਨਾਂ ਪਰੇਸ਼ਾਨ ਕੀਤਾ ਅਖੀਰੀ ਜੁਰਮਾਨਾ ਪਾ ਕੇ ਕੁਛ 13,000 ਕਿੰਨੇ ਰੁਪਏ ਉਹਨੂੰ ਭੇਜ ਦਿੱਤਾ ਵੀ ਤੇਰਾ ਨਜਾਇਜ਼ ਮੀਟਰ ਆ ਹਾਲਾਂਕਿ ਉਹਦਾ ਉਸ ਬੰਦੇ ਦਾ ਕਸੂਰ ਨਹੀਂ ਸੀ ਚਲੋ ਉਹਨੇ ਕੰਪਲੇਂਟ ਇੱਥੇ ਸਿਟੀ ਕੀਤੀ ਸੀ ਇਸ ਬੰਦੇ ਦੇ ਖਿਲਾਫ ਆਪਣੇ JEE ਦੇ ਖਿਲਾਫ ਤੇ ਉਹਦੇ ਤਹਿਤ ਕੁਛ ਮਤਲਬ ਕਿ ਇਹਨਾਂ ਨੇ ਫਿਰ ਮੈਨੂੰ ਵੀ ਸੱਦਿਆ ਮੇਰੇ ਨਾਲ ਸੰਪਰਕ ਕੀਤਾ ਜਿਹਦੇ ਤਹਿਤ ਉਹ ਫਿਰ SDO ਅੱਜ ਜਿਹੜਾ ਲਲਿਤ ਕੁਮਾਰ ਸੀਗਾ ਉਹ ਆਇਆ ਇੱਥੇ ਦੂਸਰਾ ਅਮਲੋਹ ਤੋਂ ਉਹ ਆਪਦੇ ਬਿਆਨ ਦੇਣ ਤੋਂ ਹੀ ਇੱਥੋਂ ਦੇਖ ਕੇ ਸਾਡੀ ਜਦੋਂ ਉਹਨੇ ਮਤਲਬ ਕਿ ਦੇਖਿਆ ਵੀ ਗਾੜੀ ਇਹ ਤਾਂ ਸੱਚਾਈ ਸਾਹਮਣੇ ਬਹੁਤ ਲੰਮਾ ਚੌੜਾ ਕੰਮ ਆ ਤੇ ਉਹ ਭੱਜ ਗਿਆ ਦਫ਼ਤਰ ਦੇ ਵਿੱਚੋਂ ਮਾਮਲਾ ਆਇਆ ਜੀ ਮੈਂ 2014 ਦੇ ਵਿੱਚ ਇਹਨਾਂ ਨੂੰ ਆਪਣੇ ਮੀਟਰ ਬਾਰੇ ਸਿਕਿਉਰਿਟੀ ਜਮ੍ਹਾਂ ਕਰਾਈ ਸੀ ਤਹਿਸੀਲ ਦੇ ਉੱਪਰ ਹੂਜਾ ਕਲਮ ਦੇ ਸਾਹਮਣੇ ਹਾਂਜੀ ਇਹਨਾਂ ਨੇ ਕੀਤਾ ਮੀਟਰ ਮੈਨੂੰ ਦੇ ਦਿੱਤਾ ਹਰਜੀਤ ਸਿੰਘ ਨੇ ਅਤੇ ਕੇਬਲ ਵੀ ਦੇ ਦਿੱਤੀ ਅਤੇ ਸਿਕਿਉਰਿਟੀ ਵਾਸਤੇ ਜਿਹੜੀ ਮੈਨੂੰ ਰਸੀਦ ਨਹੀਂ ਦਿੱਤੀ ਉਸ ਤੋਂ ਬਾਅਦ ਮੈਂ ਇਹਨਾਂ ਦੇ ਕੋਲ ਜਾਂਦਾ ਰਿਹਾ ਵੀ ਮੈਨੂੰ ਬਿੱਲ ਨਹੀਂ ਆਉਂਦਾ ਮੇਰੀ ਰਸੀਦ ਦਿਓ ਕਿੱਥੇ ਆ ਮੇਰਾ ਨਾਂ ਨਹੀਂ ਬੋਲਦਾ ਕਿੱਦਾਂ ਵੀ ਆ 2014 ਦਾ ਲੈ ਗਏ 2014 ਤੋਂ ਲੈ ਕੇ ਜਦੋਂ ਤੱਕ ਇਹ ਲਾਰੇ ਲਾਉਂਦੇ ਰਹੇ ਮੈਨੂੰ ਇਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਤਾਂ ਸੰਗੋ ਅੱਗੇ ਉਲਟੀਆਂ ਧਮਕੀਆਂ ਦਿੰਦੇ ਪਏ ਸੀ ਇਸ ਵੇਗ ਦੇ ਵਿੱਚ ਜਦੋਂ ਇਹਨਾਂ ਦੀ ਕਾਰਵਾਈ ਕੀਤੀ ਇਹ ਰੇਸ਼ਮ ਸਿੰਘ JEE ਮੇਰੇ ਕੋਲ ਗਿਆ ਪਿੰਡ ਖਾਨਗਾ ਜਾ ਕੇ ਕਹਿੰਦਾ ਹਰਜੀਤ ਸਿੰਘ ਨੂੰ ਸਸਪੈਂਡ ਕਰਤਾ ਆ ਅਤੇ ਉਸਦੇ ਖਿਲਾਫ਼ ਕਾਰਵਾਈ ਉਹਨੇ ਮੀਟਰ 2 ਨੰਬਰ 'ਚ ਲਾਏ ਆ ਕਦੀ ਕਰਦਾ ਸੀ ਇਹਦੀ ਹਾਜ਼ਰੀ ਲਵਾ ਕੇ ਸ਼ਾਲਾਮਾਰ ਬਾਗ ਇਹਨੂੰ ਭੇਜ ਦਿੰਦੇ ਸੀ ਅਤੇ ਲੋਕਾਂ ਨੂੰ ਕਹੀ ਜਾਂਦੇ ਸੀ ਵੀ ਹਰਜੀਤ ਸਿੰਘ ਸਸਪੈਂਡ ਆ ਜਦੋਂ ਮੈਨੂੰ ਨੋਟਿਸ ਇਹਨਾਂ ਆਇਆ ਉਸ ਤੋਂ ਬਾਅਦ ਜਦੋਂ ਮੈਂ ਕਾਰਵਾਈ ਕੀਤੀ ਇਹਨਾਂ ਅੱਗੇ ਜਾ ਕੇ ਦਫ਼ਤਰ ਦੇ ਵਿੱਚ ਔਜਲਾ ਫਾੜਕ ਦੇ ਕੋਲ ਆ ਠੀਕ ਹੈ ਜੀ ਔਜਲਾ ਫਾੜਕ ਉਹ ਦਫ਼ਤਰ ਆ ਜਦੋਂ ਮੈਂ ਜਾ ਕੇ ਜਾਣਕਾਰੀ ਕੀਤੀ ਇਹ ਨੌਕਰੀ ਕਰਦਾ ਪਿਆ ਸੀ ਠੀਕ ਹੈ ਜੀ ਇਹਨੂੰ ਇਹਦੀ ਹਾਜ਼ਰੀ ਲਵਾ ਕੇ ਸਾਈਡ 'ਤੇ ਕਰ ਦਿੰਦੇ ਸੀ ਅਤੇ ਝੂਠ ਬੋਲ ਕੇ ਮੁੜ ਕੇ ਮੈਨੂੰ ਨੋਟਿਸ ਆ ਗਿਆ ਇਹਨਾਂ ਨੂੰ ਮੈਂ ਜਵਾਬ ਦੇ ਸੀ ਅੱਗੇ ਮੇਰਾ ਨਾਂ ਨਹੀਂ ਜਦੋਂ ਹੈਗਾ ਮੈਨੂੰ ਦੱਸੋ ਸਹੀ ਵੀ ਇਹ ਕਿੱਦਾਂ ਹੋ ਗਿਆ ਇਹਨਾਂ ਨੇ ਮੈਨੂੰ ਕੋਈ ਜਵਾਬ ਇਹ ਚੀਜ਼ਾਂ ਦਿੱਤਾ ਨਹੀਂ।